ਗੱਲਬਾਤ ਕਰਦੇ ਹਾਂ ਕਹਿੰਦੇ ਹੋਰ ਕੋਈ ਕੰਮ ਨਹੀਂ ਕਰਨਾ ਸੀ 베ਰੀ ਤੋੜਨੀ ਆ ਜਾ ਕੇ ਵੀ ਸਾਨੂੰ ਜਿਹੜਾ ਉੱਥੇ ਚੈਨ ਆਉਂਦਾ ਜਾਂ ਭਾਵੇਂ ਲੱਗਦਾ ਧੁੱਪ ਦੇ ਵਿੱਚ ਬਹੁਤ ਸਖਤ ਕਰਨਾ ਕੁਝ ਲੋਕ ਮਤਲਬ ਇਹਦੇ ਲਈ ਪੈਸ਼ਨੇਟ ਵੀ ਹੁੰਦੇ ਤੁਹਾਡਾ ਵਰਕਰਸ ਨਾਲ ਵਾਹ ਪੈਂਦਾ ਜਿੱਦਾਂ ਸਾਡੇ ਪਿੱਛੇ ਵੀ ਉਹ ਖਾਸ ਤੌਰ ਤੇ ਇਸ ਕੰਮ ਨੂੰ ਕਿਉਂ ਪਸੰਦ ਕਰਦੇ ਐਡੀ ਕਿਹੜੀ ਗੱਲ ਹੁੰਦੀ ਐਥੇ ਐਡੀ ਧੁੱਪ ਵਿੱਚ ਹਾਂਜੀ ਇਹ ਵੀ ਇੱਕ ਜਿਹੜੀ ਹੈਗੀ ਇੱਕ ਜਿਹੜਾ 베ਰੀ ਤੋੜਨ ਦਾ ਵੀ ਇੱਕ ਬਹੁਤ ਚਾਹ ਹੁੰਦਾ ਵਾ ਜਿਹੜਾ ਦਿਨੋ ਦਿਨ ਘਟ ਰਿਹਾ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਜਦੋਂ अर्ਲੀ 91 92 ਉਹਦੇ ਵਿੱਚ ਅਸੀਂ ਇਸ ਕੰਟਰੀ ਦੇ ਵਿੱਚ ਆਏ ਸੀ ਤਾਂ ਲੋਕ ਜਿਹੜੀ ਹੈਗੀ ਆ ਆਫਟਰ ਵਰਕ ਜੌਬ ਤੋਂ ਬਾਅਦ ਜਿਹੜੀ ਹੈਗੀ ਆ ਇੱਕ ਦੋ ਜਿਹੜੀ ਹੈਗੇ ਫਲੈਟ ਪੰਨ ਪੱਕਾ ਜਾਂਦੇ ਸੀ ਉਹਨੂੰ ਇੰਜੋਏਮੈਂਟ ਸਮਝਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਲੋਕ ਵਕੇਸ਼ਨ ਕਰਦੇ ਆ ਉਹ ਬੀਚਸ ਤੇ ਕਰਦੇ ਆ ਸੋ ਜਿਹੜੀ ਹੈਗੀ ਆ ਫਰਕ ਪੈ ਗਿਆ ਪਰ ਇਹ ਜਿਹੜੀ ਹੈਗੀ ਕਲਚਰ ਦੇ ਨਾਲ ਜੁੜੀ ਹੋਈ ਚੀਜ਼ ਹੋਣ ਕਰਕੇ ਖੇਤੀ ਨੂੰ ਲਵ ਕਰਨ ਵਾਲੇ ਜਿਹੜੀ ਹੈਗੇ ਮੈਂ ਦੇਖਦੀ ਆ ਜਿਹੜੇ 60 ਪਲਸ ਲੋਕ ਨੇ ਉਹੀ 베ਰੀ ਤੋੜਨਾ ਪਸੰਦ ਕਰਦੇ ਆ ਹੁਣ ਦੇ ਟਾਈਮ ਦੇ ਵਿੱਚ ਪਹਿਲਾਂ ਨਹੀਂ ਸੀ ਪਹਿਲਾਂ ਹਰ ਇੱਕ ਹੀ ਬੰਦਾ ਕਰਦਾ ਸੀ ਜਿਵੇਂ ਹੁਣ ਸਾਡੇ ਬੱਚੇ ਹੈਗੇ ਨੇ ਮੇਰਾ ਨਾਮ ਤੋਜਕੌਰ ਖੜੀਆ ਤੇ ਇਹ ਜਿਹੜੇ ਹੈਗੇ ਆ ਇਹ ਸਾਰੇ ਅਸੀਂ ਜਿਹੜੀ ਹੈਗੇ ਆ ਬੱਚਿਆਂ ਨੂੰ ਨਾਲ ਲੈ ਕੇ ਕਰਦੇ ਰਹੇ ਹਾਂ ਸੋ ਇਸੇ ਕਰਕੇ ਪਰ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਇਹਦਾ ਫਰਕ ਪੈਂਦਾ ਰਿਹਾ ਜਾ ਰਿਹਾ ਸੋ ਉਹੀ ਜਿਹੜੇ ਪੁਰਾਣੇ ਲੋਕ ਨੇ ਉਹ 베ਰੀ ਤੋੜਨਾ ਪਸੰਦ ਕਰਦੇ ਆ ਇੱਕ ਚਾਹ ਹੁੰਦਾ ਵਾ ਤੇ ਕੇ ਹੁੰਦਾ ਵਾ ਵੀ ਚਲੋ ਪਾਰਟ ਟਾਈਮ ਕੁਛ ਨਾ ਕੁਛ ਮੈਂ ਅੱਜ ਸਵੇਰੇ ਵੀ ਗੱਲ ਕਰਦੀ ਸੀ ਬੰਦਿਆਂ ਦੇ ਨਾਲ ਕਹਿੰਦੇ ਵੀ ਚਲੋ ਦੋ ਜਾਂ ਤਿੰਨ ਮਹੀਨੇ ਸਾਡੇ ਜਿਹੜੇ ਹੈਗੇ ਵਧੀਆ ਲੰਘ ਜਾਂਦੇ ਆ ਅਸੀਂ ਘਰੇ ਰਹਿ ਕੇ ਵੀ ਕੀ ਕਰਨਾ ਹੁੰਦਾ ਵਾ ਤੇ ਸੋ ਜਿਹੜੀ ਹੈਗੀ ਆ ਉਹਦਾ ਫਰਕ ਪੈਂਦਾ ਰਿਹਾ ਉਹਦੇ ਉਸ ਹਿਸਾਬ ਦੇ ਨਾਲ ਹੁਣ ਟੈਕਨੋਲੋਜੀ ਵੀ ਜਿਹੜੀ ਹੈਗੀ ਆ ਜਾਦੇ ਔਨ ਕਰਕੇ ਹਾਰਵੈਸਟਿੰਗ ਵੀ ਜਿਹੜੀ ਹੈਗੀ ਆ ਮਸ਼ੀਨਾਂ ਦੇ ਨਾਲ ਸਟਾਰਟ ਹੋ ਗਈ ਆ ਕਿਉਂਕਿ ਲੇਬਰ ਦੀ ਆਲਵੇਜ਼ ਹੀ ਜਿਹੜੀ ਹੈਗੀ ਆ ਪ੍ਰੋਬਲਮ ਰਹਿਣੀ ਆ ਲੇਬਰ ਲਈ ਇਹ ਵਾਇਬਲ ਹੁੰਦਾ ਮਤਲਬ ਉਹਨਾਂ ਨੂੰ ਜਿੱਦਾਂ ਮਿਨਿਮਮ ਓਨੇ ਪੈਸੇ ਬਚ ਜਾਂਦੇ ਆ ਜਿੰਨੇ ਕਿ ਬਾਕੀ ਕੰਮਾਂ 'ਚ ਹੁੰਦੇ ਜਾਂ ਇਹਦੇ 'ਚ ਵੱਧ ਘੱਟ ਹੁੰਦੇ ਆ ਜਾਂ ਮਸ਼ੀਨਾਂ ਜਿਹੜੀਆਂ ਉਹ ਲੇਬਰ ਨੂੰ ਰਿਪਲੇਸ ਕਰਕੇ ਜਾਂ ਹੁਣ ਪੂਰੀ ਤਰ੍ਹਾਂ 100% ਜਿਹੜੀ ਹੈਗੀ ਮਸ਼ੀਨਾਂ ਨੇ ਉਹ ਰਿਪਲੇਸ ਕਰ ਗਈਆਂ ਨੇ ਕਿਉਂਕਿ ਜਿਹੜੀ ਕ੍ਰੌਪ ਆ ਉਹ ਬੀਸੀ ਦੇ ਵਿੱਚ ਬਲੂ ਵੇਰੀਆ ਜਿਹੜੀ ਹੁਣ ਕਾਫੀ ਜਿਆਦਾ ਜਿਹੜੀ ਹੈਗੀ ਆ ਉਹ ਹੋ ਰਹੀ ਆ ਸੋ ਜਿਹੜੀ ਜੇ ਆਪਾਂ ਦੇਖੀ ਵੀ ਬੰਦੇ ਆ ਉੰਨੀ ਹੁਣ ਜੇ ਆਪਾਂ ਦੇਖੀਏ ਵੀ 1 ਏਕੜ ਨੂੰ ਤੋੜਨ ਵਾਸਤੇ ਸਾਨੂੰ ਘੱਟ ਤੋਂ ਘੱਟ 30 ਤੋਂ 40 ਬੰਦੇ ਚਾਹੀਦੇ ਆ ਤੋਂ ਨਹੀਂ ਲੇਬਰ ਸਾਨੂੰ ਨਹੀਂ ਮਿਲਣੀ ਹੈਗੀ ਪਰ ਹੁਣ ਇਹਦਾ ਜਿਹੜੀ ਪਲੇਸ ਹੈਗੀ ਆ ਉਹ ਅਸੀਂ ਹਾਰਵੈਸਟਿੰਗ ਮਸ਼ੀਨ ਲੈ ਆਂਦੀ ਆ ਸੋ ਉਹਦੇ ਨਾਲ ਅਸੀਂ ਜਿਹੜੀ ਹੈਗੀ ਆ ਕਾਫੀ ਏਕੜਾਂ ਦੇੰ ਦੇ ਵਿੱਚ ਕਰ ਸਕਦੇ ਆ ਤੇ ਇਹਦੀ ਜਿਹੜੀ ਹੈਗੀ ਪ੍ਰਾਈਸ ਦਾ ਵੀ ਫਰਕ ਹੁੰਦਾ ਵਾ ਥੋੜਾ ਬਾਲਾ ਜਿਹੜੀ ਅਸੀਂ ਮਸ਼ੀਨ ਦੇ ਨਾਲ ਹਾਰਵੈਸਟ ਕਰਕੇ ਦੇਣੀ ਹੈਗੀ ਤੇ ਜਿਹੜੀ ਬੰਦਿਆਂ ਦੇ ਨਾਲ ਆ ਜਿਹੜੀ ਡੈਫੀਨੇਟਲੀ ਉਹ ਕੁਦਰਤੀਆਂ ਵੀ ਜਦੋਂ ਆਪਾਂ ਹੱਥ ਦੇ ਨਾਲ ਕੰਮ ਕਰਦੇ ਆ ਤਾਂ ਵਧੀ ਨੀ ਵੇੜ ਸਕਦੀ ਸਾਨੂੰ ਜਿੰਨੀ ਸਾਨੂੰ ਚਾਹੀਦੀ ਹੁੰਦੀ ਆ ਸੋ ਜਿਹੜੀ ਲੇਬਰ ਵਾਸਤੇ ਜਿਵੇਂ ਤੁਸੀਂ ਗੱਲ ਕਰੀਆ ਵੀ ਕੀ ਉਹ ਵਧੀਆ ਪੈਸੇ ਬਣਾ ਲੈਂਦੇ ਆ ਨਾ ਪੈਸੇ ਬਣਾ ਲੈਂਦੇ ਆ ਇੱਥੇ ਇੱਕ ਬਹੁਤ ਵੱਡੀ ਪਿੱਛੇ ਆਪਾਂ ਗੱਲ ਕਰ ਸਕਦੇ ਆ ਜਿਹੜੀ ਲੇਬਰ ਦੀ ਆਪਾਂ ਕਹਿੰਦੇ ਆ ਵੀ ਬੰਦੇ ਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਪੈਸੇ ਡਿਲੀਵਰ ਹੋਣੇ ਚਾਹੀਦੇ ਆ ਕਿਉਂਕਿ ਹੁਣ ਇਸ ਟੈਂਪਰੇਚਰ ਦੇ ਵਿੱਚ ਬੰਦਾ ਕੰਮ ਕਰ ਰਿਹਾ ਵਾ ਤੇ ਆਮ ਬੰਦਾ ਵਾ ਜਿਹੜਾ ਜਿਹੜਾ ਕੋਈ ਜਿਹਦੀ ਦਿਲੋਂ ਚਾਹ ਹੋਊਗਾ ਕੁਛ ਨਾ ਕੁਛ ਕਰਨ ਦਾ ਉਹੀ ਕਰੂਗਾ ਅਦਰਵਾਈਜ਼ ਨਹੀਂ ਸੋ ਅਸੀਂ ਹੁਣ ਸਾਡੀ ਇਹ ਜਿਹੜੀ ਲੇਬਰ ਨੂੰ ਪੇ ਕਰਨ ਦੀ ਜਿਹੜੀ ਕਨੈਕਸ਼ਨ ਹੈਗੀ ਆ ਉਹ ਸਿੱਧੀ ਪ੍ਰੋਸੈਸ ਹਾਊਸਸ ਦੇ ਨਾਲ ਜੁੜੀ ਹੋਈ ਆ ਜਦੋਂ ਉਹਨਾਂ ਨੇ ਸਾਡੀ ਪ੍ਰਾਈਸ ਡ੍ਰੌਪ ਕਰ ਦੇਣੀ ਆ ਅਸੀਂ ਜਦੇ ਜਿਹੜੀ ਹੈਗੀ ਆ ਲੇਬਰ ਨਹੀਂ ਅਸੀਂ ਪ੍ਰਾਈਸ ਨਹੀਂ ਡ੍ਰੌਪ ਕਰ ਸਕਦੇ ਪਰ ਸਾਨੂੰ ਲੇਬਰ ਆ ਜਿਹੜੀ ਕੱਟ ਆਫ ਕਰਨੀ ਪੈਣੀ ਆ ਸੋ ਪਹਿਲਾਂ ਜਿਹੜੀ ਹੈਗੀ ਫਾਰਮਿੰਗ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਨੇਚਰ ਇਨਵੋਲਵ ਆ ਵੈਦਰ ਇਨਵੋਲਵ ਆ ਦੂਜੇ ਪਾਸੇ ਇਹ ਹੈਗੀ ਹੈ ਜਿਹੜੀ ਇਹਦੀ ਪ੍ਰਾਈਸ ਦੀ ਹੈਗੀ ਆ ਮੈਂ ਅੱਜ ਓਪਨਲੀ ਇਹ ਗੱਲ ਕਰੂੰਗੀ ਵੀ ਸਾਡੇ ਜਿਹੜੀ ਇੱਥੇ ਗਵਰਨਮੈਂਟ ਨੇ ਆਪਾਂ ਇੰਡੀਆ ਵਾ ਜਿਹੜੇ ਰੋਲਾ ਪਾ ਰਹੇ ਆ ਫਾਰਮਿੰਗ ਦੇ ਵਾਸਤੇ ਪਰ ਇੱਥੇ ਜਿਹੜੀ ਹੈਗੀ ਕੋਈ ਵੀ ਪ੍ਰਾਈਸ ਸੈੱਟ ਨਹੀਂ ਹੈਗੀ ਪਹਿਲਾਂ ਕੁਦਰਤ ਬੰਨੀ ਦੇਖਦੇ ਆ ਵੀ ਕਿਦਾਂ ਦਾ ਵੈਦਰ ਹੋਊਗਾ ਤਾਂ ਕ੍ਰੌਪ ਆ ਜੂਗੀ ਉਦੋਂ ਬਾਅਦ ਅਸੀਂ ਦੇਖਦੇ ਆ ਜਿਹੜੇ ਪ੍ਰੋਸੈਸ ਹਾਊਸਸ ਨੇ ਜਿਹੜੀ ਸਾਡੀ ਕ੍ਰੌਪ ਆ ਇਹ ਕੌਣਸੇ ਹੱਥਾਂ ਦੇ ਵਿੱਚ ਜਾਣੀ